ਆਸਟ੍ਰੇਲੀਆ ਤੋਂ ਸਪੈਸ਼ਲ ਇੱਥੇ ਆਉਣਾ ਸੀਗਾ। ਨਹੀਂ ਆਏ ਤਾਂ ਘਰੇ ਵੀ ਆ, ਪਰ ਉੱਥੋਂ ਹੀ ਮਨ ਬਣਾ ਲਿਆ ਸੀਗਾ ਜਿਵੇਂ ਵੀ ਜ਼ਰੂਰ ਜਾਵਾਂਗੇ ਆਪਾਂ, ਦੇਖ ਕੇ ਆਵਾਂਗੇ, ਮਿਲ ਕੇ ਆਵਾਂਗੇ। ਕਿੱਦਾਂ ਲੱਗਿਆ ਅੱਜ ਦੇਖਿਆ ਜਦੋਂ ਸਾਰਾ? ਬਸ ਜੀ ਪਤਾ ਹੀ ਆ ਸਾਰਿਆਂ ਨੂੰ। ਹਾਂਜੀ ਹਾਂ, ਦੁਖੀ ਹੈ ਕਹਿ ਸਕਦੇ ਹਾਂ। ਪੰਜਾਬ ਦਾ ਮਾਹੌਲ ਕਿਵੇਂ ਦੇਖਦੇ ਹੋ, ਥਾਰ ਦਾ ਹਾਲ ਦੇਖਿਆ ਤੁਸੀਂ? ਹਾਂਜੀ ਹਾਂ ਦੇਖਿਆ। ਕਿਵੇਂ ਦੇਖਦੇ ਹੋ ਪੰਜਾਬ ਤੇ ਆਸਟ੍ਰੇਲੀਆ ਦੇ ਮੁਕਾਬਲੇ, ਮਤਲਬ ਕਿੱਦਾਂ ਦਾ? ਹਾਂਜੀ ਫਰਕ ਤਾਂ ਬਹੁਤ ਹੈਗਾ, ਜਿਵੇਂ ਵਿਗੜਦੇ ਜਾਂਦੇ ਜੀ ਹਾਲਾਤ, ਵਿਗੜਦੇ ਆ ਉੱਥੇ, ਜਿਵੇਂ ਸੇਫਟੀ ਜ਼ਿਆਦਾ ਹੁੰਦੀ ਹੈ, ਇੱਥੇ ਕੋਈ ਸੇਫਟੀ ਨਹੀਂ। ਮੇਰੇ ਹਸਬੈਂਡ ਉਹਨਾਂ ਦੇ ਬਹੁਤ ਵੱਡੇ ਫੈਨ ਨੇ, ਸੀ ਵੀ ਹੈ ਵੀ ਹੈ, ਅਤੇ ਮੈਂ ਤਾਂ ਜਿਵੇਂ ਪਹਿਲਾਂ ਕਦੇ ਸੁਣਿਆ ਨਹੀਂ ਇਹਨਾਂ ਨੂੰ, ਦੇਖ ਕੇ ਸੁਣਦੀ ਸੀ, ਫਿਰ ਉਹ ਤੋਂ ਬਾਅਦ ਸਾਰੇ ਗਾਣੇ ਸੁਣੇ, ਸਾਰੀ ਹਿਸਟਰੀ ਫਲੋ ਲਈ ਉਹਨਾਂ ਨੇ। ਭਾਅ ਜੀ ਕੀ ਨਾਮ ਹੈ? ਇਕਬਾਲ ਸਿੰਘ। ਇਕਬਾਲ ਜੀ ਕੀ ਕਹੋਗੇ ਅੱਜ ਪਹੁੰਚੇ ਹੋ ਫੈਮਲੀ ਨੂੰ ਲੈ ਕੇ? ਬਸ ਜੀ ਤੁਕਤੀ ਘੜੀ ਜਾਂ ਸੀ ਵੀ ਆਏ ਆ ਜੀ, ਜਿੱਦਾਂ ਸਾਰੇ ਦੂਜੇ ਲੋਕ ਆਏ ਨੇ, ਅਤੇ ਜਸਟਿਸ ਲਈ ਕਹਾਂਗੇ ਜੀ ਸਰਕਾਰ ਨੂੰ, ਛੇਤੀ ਤੋਂ ਛੇਤੀ ਕਰਨਾ ਚਾਹੀਦਾ, ਮਾਂ ਬਾਪ ਨੂੰ ਕੁਛ ਤਾਂ ਸੁੱਖ ਦਾ ਸਾਹ ਆਵੇ ਜੀ। ਆਸਟ੍ਰੇਲੀਆ ਬੈਠੇ ਸੀ ਕੀ 29 ਮਈ ਨੂੰ ਕੀ ਹੋਇਆ? 29 ਮਈ ਨੂੰ ਜੀ ਰਾਤ ਨੂੰ ਸੀ, ਉੱਥੇ ਹਨੇਰਾ ਸੀ, ਪਤਾ ਲੱਗਿਆ ਪਰ ਸੁੱਤੇ ਨਹੀਂ ਜੀ 2-3 ਰਾਤਾਂ ਦਾ, ਸਾਡੇ ਨਿਆਣੇ ਨੇ ਰੋਟੀਆਂ ਨਹੀਂ ਖਾਧੀਆਂ ਜੀ। ਬਹੁਤ ਨੇ ਜੀ, ਬਹੁਤ ਜ਼ਿਆਦਾ ਨੇ, ਆਪਣੀ ਸਾਰੀ ਕਮਿਊਨਿਟੀ, ਅਸੀਂ ਵੀ ਉੱਥੇ ਜੀ ਮਾਰਚ ਵਗੈਰਾ ਕੀਤੇ ਨੇ ਮੈਲਬਰਨ ਸ਼ਹਿਰ ਦੇ ਵਿੱਚ। ਹਾਂਜੀ ਮੈਲਬਰਨ ਚ ਸਾਰੇ ਕਾਫੀ ਸੋਗ ਮਨਾਇਆ, ਮਨਾਈ ਵੀ ਜਾਂਦੇ ਨੇ, ਪਰ ਇੰਨੀ ਚੜ੍ਹਾਈ ਦੇਖੀ ਨਹੀਂ ਕਿਸੇ ਦੀ ਵੀ, ਜਿੰਨੀ ਬਾਈ ਦੀ ਚੜ੍ਹਾਈ ਸੀਗੀ ਦੇਖੀ ਨਹੀਂ ਕਿਸੇ ਦੀ, ਨਾ ਮੈਨੂੰ ਲੱਗਦਾ ਕਿਸੇ ਦੀ ਹੋਣੀ ਹੈ, ਬਸ ਯਾਦਗਾਰ ਜੀ ਬਣ ਕੇ ਰਹਿ ਗਈ। ਜਸਟਿਸ ਹੋਣਾ ਚਾਹੀਦਾ ਜੀ, ਇਹੀ ਮੰਗ ਆ ਜੀ ਸਰਕਾਰਾਂ ਤੋਂ। ਥੈਂਕ ਯੂ। ਆਸਟ੍ਰੇਲੀਆ ਤੋਂ ਸਪੈਸ਼ਲ ਇੱਥੇ ਆਉਣਾ ਸੀਗਾ? ਨਹੀਂ ਆਏ ਤਾਂ ਘਰੇ ਵੀ ਆ, ਪਰ ਉੱਥੋਂ ਹੀ ਮਨ ਬਣਾ ਲਿਆ ਸੀਗਾ ਜਿਵੇਂ ਵੀ ਜ਼ਰੂਰ ਜਾਵਾਂਗੇ ਆਪਾਂ, ਦੇਖ ਕੇ ਆਵਾਂਗੇ, ਮਿਲ ਕੇ ਆਵਾਂਗੇ। ਕਿੱਦਾਂ ਲੱਗਿਆ ਅੱਜ ਦੇਖਿਆ ਜਦੋਂ ਸਾਰਾ? ਬਸ ਜੀ ਪਤਾ ਹੀ ਆ ਸਾਰਿਆਂ ਨੂੰ। ਹਾਂਜੀ ਹਾਂ, ਦੁਖੀ ਹੈ ਕਹਿ ਸਕਦੇ ਹਾਂ। ਪੰਜਾਬ ਦਾ ਮਾਹੌਲ ਕਿਵੇਂ ਦੇਖਦੇ ਹੋ, ਥਾਰ ਦਾ ਹਾਲ ਦੇਖਿਆ ਤੁਸੀਂ? ਹਾਂਜੀ ਹਾਂ ਦੇਖਿਆ। ਕਿਵੇਂ ਦੇਖਦੇ ਹੋ ਪੰਜਾਬ ਤੇ ਆਸਟ੍ਰੇਲੀਆ ਦੇ ਮੁਕਾਬਲੇ, ਮਤਲਬ ਕਿੱਦਾਂ ਦਾ? ਹਾਂਜੀ ਫਰਕ ਤਾਂ ਬਹੁਤ ਹੈਗਾ, ਜਿਵੇਂ ਵਿਗੜਦੇ ਜਾਂਦੇ ਜੀ ਹਾਲਾਤ, ਵਿਗੜਦੇ ਆ ਉੱਥੇ, ਜਿਵੇਂ ਸੇਫਟੀ ਜ਼ਿਆਦਾ ਹੁੰਦੀ ਹੈ, ਇੱਥੇ ਕੋਈ ਸੇਫਟੀ ਨਹੀਂ। ਮੇਰੇ ਹਸਬੈਂਡ ਉਹਨਾਂ ਦੇ ਬਹੁਤ ਵੱਡੇ ਫੈਨ ਨੇ, ਸੀ ਵੀ ਹੈ ਵੀ ਹੈ, ਅਤੇ ਮੈਂ ਤਾਂ ਜਿਵੇਂ ਪਹਿਲਾਂ ਕਦੇ ਸੁਣਿਆ ਨਹੀਂ ਇਹਨਾਂ ਨੂੰ, ਦੇਖ ਕੇ ਸੁਣਦੀ ਸੀ, ਫਿਰ ਉਹ ਤੋਂ ਬਾਅਦ ਸਾਰੇ ਗਾਣੇ ਸੁਣੇ, ਸਾਰੀ ਹਿਸਟਰੀ ਫਲੋ ਲਈ ਉਹਨਾਂ ਨੇ। ਭਾਅ ਜੀ ਕੀ ਨਾਮ ਹੈ? ਇਕਬਾਲ ਸਿੰਘ। ਇਕਬਾਲ ਜੀ ਕੀ ਕਹੋਗੇ ਅੱਜ ਪਹੁੰਚੇ ਹੋ ਫੈਮਲੀ ਨੂੰ ਲੈ ਕੇ? ਬਸ ਜੀ ਤੁਕਤੀ ਘੜੀ ਜਾਂ ਸੀ ਵੀ ਆਏ ਆ ਜੀ, ਜਿੱਦਾਂ ਸਾਰੇ ਦੂਜੇ ਲੋਕ ਆਏ ਨੇ, ਅਤੇ ਜਸਟਿਸ ਲਈ ਕਹਾਂਗੇ ਜੀ ਸਰਕਾਰ ਨੂੰ, ਛੇਤੀ ਤੋਂ ਛੇਤੀ ਕਰਨਾ ਚਾਹੀਦਾ, ਮਾਂ ਬਾਪ ਨੂੰ ਕੁਛ ਤਾਂ ਸੁੱਖ ਦਾ ਸਾਹ ਆਵੇ ਜੀ। ਆਸਟ੍ਰੇਲੀਆ ਬੈਠੇ ਸੀ ਕੀ 29 ਮਈ ਨੂੰ ਕੀ ਹੋਇਆ? 29 ਮਈ ਨੂੰ ਜੀ ਰਾਤ ਨੂੰ ਸੀ, ਉੱਥੇ ਹਨੇਰਾ ਸੀ, ਪਤਾ ਲੱਗਿਆ ਪਰ ਸੁੱਤੇ ਨਹੀਂ ਜੀ 2-3 ਰਾਤਾਂ ਦਾ, ਸਾਡੇ ਨਿਆਣੇ ਨੇ ਰੋਟੀਆਂ ਨਹੀਂ ਖਾਧੀਆਂ ਜੀ। ਬਹੁਤ ਨੇ ਜੀ, ਬਹੁਤ ਜ਼ਿਆਦਾ ਨੇ, ਆਪਣੀ ਸਾਰੀ ਕਮਿਊਨਿਟੀ, ਅਸੀਂ ਵੀ ਉੱਥੇ ਜੀ ਮਾਰਚ ਵਗੈਰਾ ਕੀਤੇ ਨੇ ਮੈਲਬਰਨ ਸ਼ਹਿਰ ਦੇ ਵਿੱਚ। ਹਾਂਜੀ ਮੈਲਬਰਨ ਚ ਸਾਰੇ ਕਾਫੀ ਸੋਗ ਮਨਾਇਆ, ਮਨਾਈ ਵੀ ਜਾਂਦੇ ਨੇ, ਪਰ ਇੰਨੀ ਚੜ੍ਹਾਈ ਦੇਖੀ ਨਹੀਂ ਕਿਸੇ ਦੀ ਵੀ, ਜਿੰਨੀ ਬਾਈ ਦੀ ਚੜ੍ਹਾਈ ਸੀਗੀ ਦੇਖੀ ਨਹੀਂ ਕਿਸੇ ਦੀ, ਨਾ ਮੈਨੂੰ ਲੱਗਦਾ ਕਿਸੇ ਦੀ ਹੋਣੀ ਹੈ, ਬਸ ਯਾਦਗਾਰ ਜੀ ਬਣ ਕੇ ਰਹਿ ਗਈ। ਜਸਟਿਸ ਹੋਣਾ ਚਾਹੀਦਾ ਜੀ, ਇਹੀ ਮੰਗ ਆ ਜੀ ਸਰਕਾਰਾਂ ਤੋਂ। ਥੈਂਕ ਯੂ।